ਉਸ ਤੋਂ ਲਾਂਦੇ ਪੰਜਾਬ ਦੀ ਸਿਆਸਤ ਵਿੱਚ ਟਿਵਾਣਾ ਖਾਨਦਾਨ ਨੂੰ ਬੜੀ ਅਹਿਮੀਅਤ ਹਾਸਿਲ ਹੈ। 47 ਦੀ ਵੰਡ ਤੋਂ ਪਹਿਲੇ ਸਰਗੋਧਾ ਜ਼ਿਲ੍ਹਾ ਵਿੱਚ ਕਾਲਰਾ ਸਟੇਟ ਟਿਵਾਣਾ ਇਕਤਦਾਰ ਦੀ ਜ਼ਿੰਦਾ ਨਿਸ਼ਾਨੀ ਹੈ। ਆਓ ਮਿਲਦੇ ਹਾਂ ਮਲਕ ਫਜ਼ਲ ਅਹਿਮਦ ਟਿਵਾਣਾ ਸਾਹਿਬ ਨੂੰ। ਮਲਕ ਸਾਹਿਬ ਪਿਛਲੇ 50 ਸਾਲ ਤੋਂ ਦਰਿਆਏ ਜੇਹਲਮ ਦੇ ਲਾਂਦੇ ਕਿਨਾਰੇ ਗੌਸਪੁਰ ਰਿਹਾਇਸ਼ ਪਜ਼ੀਰ ਹਨ। ਮਲਕ ਸਾਹਿਬ 1942 ਵਿੱਚ ਪੈਦਾ ਹੋਏ। ਇਬਤਦਾਈ ਤਾਲੀਮ ਕਾਨਵੈਂਟ ਸਕੂਲ ਸਰਗੋਧਾ ਤੋਂ ਹਾਸਿਲ ਕੀਤੀ। ਉਸ ਤੋਂ ਬਾਅਦ ਏਚੀਸਨ ਕਾਲਜ ਲਾਹੌਰ ਪੜ੍ਹਦੇ ਰਹੇ, ਜਿੱਥੇ ਪਹਿਲੇ ਉਹਨਾਂ ਦੇ ਦਾਦਾ ਜੀ ਔਰ ਬਾਅਦ ਵਾਲਦ ਸਾਹਿਬ ਪੜ੍ਹਦੇ ਰਹੇ। ਏਚੀਸਨ ਕਾਲਜ ਦੀਆਂ ਹਸੀਨ ਯਾਦਾਂ ਮਲਕ ਸਾਹਿਬ ਦੇ ਨਾਲ ਨਾਲ ਰਹਿੰਦੀਆਂ ਹਨ। ਉਹਨਾਂ ਆਪਣੀ ਖਾਨਦਾਨੀ ਰਵਾਇਤ ਨੂੰ ਜ਼ਿੰਦਾ ਰੱਖਿਆ ਹੋਇਆ ਹੈ। ਉਹਨਾਂ ਦੀ ਗੁਫ਼ਤਗੂ ਵਿੱਚ ਇੱਕ ਠਹਿਰਾਓ ਹੈ ਜਿਹੜਾ ਉਹਨਾਂ ਦੇ ਖਾਨਦਾਨੀ ਅਖਲਾਕ ਨੂੰ ਜ਼ਾਹਿਰ ਕਰਦਾ ਹੈ। ਟਿਵਾਣਾ ਖਾਨਦਾਨ ਦੀ ਤਾਰੀਖ ਪਾਕਿਸਤਾਨ ਬਣਨ ਤੋਂ ਪਹਿਲੇ ਦੇ ਹਾਲਾਤ। ਮਲਕ ਸਾਹਿਬ ਕੋਲ ਯਾਦਾਂ ਦਾ ਇੱਕ ਭਰਪੂਰ ਖਜ਼ਾਨਾ ਮਹਿਫੂਜ਼ ਹੈ। ਆਓ ਸੁਣਦੇ ਹਾਂ ਉਹਨਾਂ ਦੇ ਨਾਲ ਗੁਫ਼ਤਗੂ ਦਾ ਪਹਿਲਾ ਹਿੱਸਾ ਸੁਣਦੇ ਹਾਂ। ਮਲਕ ਸਾਹਿਬ, ਆਪਣੇ ਟਿਵਾਣਾ ਫੈਮਿਲੀ ਦੇ ਬਾਰੇ ਦੱਸੋ, ਖਾਨਦਾਨ ਦੇ ਬਾਰੇ। ਜਨਾਬ, ਸਾਡੇ ਬਜ਼ੁਰਗ ਰਾਜਸਥਾਨ ਇੰਡੀਆ 'ਚੋਂ ਆਏ। ਠੀਕ ਹੋ ਗਿਆ। ਬਾਬਾ ਸਾਹਿਬ, ਬਾਬਾ ਫਰੀਦ ਗੰਜ ਸ਼ਕਰ, ਉਹਨਾਂ ਕੋਲ ਪਹੁੰਚੇ। ਠੀਕ ਹੈ। ਆਖਿਰ ਬਾਬਾ ਸਾਹਿਬ ਦੀ ਮਿਹਰਬਾਨੀਆਂ ਵੇਖ ਕੇ ਉਹ ਪੂਰਾ ਕੁੰਭੇ ਦਾ ਕੁੰਭਾ ਮੁਸਲਮਾਨ ਹੋ ਗਿਆ। ਅੱਛਾ, ਠੀਕ ਹੈ। ਲੇਕਿਨ ਜਿਹੜਾ ਮਹਾਰਾਜਾ ਰਾਏ ਮੇਲੂ ਉਹਨਾਂ ਦਾ ਨਾਂ ਆਈ, ਜਿਹੜਾ ਬਜ਼ੁਰਗ ਆਏ, ਉਹਨਾਂ ਦੇ ਲੜਕੇ ਆਏ ਤ੍ਰੈ, ਇੱਕ ਮੁਸਲਮਾਨ ਨਾ ਹੋਇਆ, ਉਹ ਵਾਪਸ ਚਲਾ ਗਿਆ। ਅੱਛਾ ਅੱਛਾ, ਇੰਡੀਆ ਵਾਪਸ ਚਲਾ ਗਿਆ। ਉਹਦੇ ਨਾਨਕੇ ਆਏ ਰਿਆਸਤ ਪਟਿਆਲਾ, ਹਾਂ ਰਿਆਸਤ ਪਟਿਆਲਾ, ਫਿਰ ਪਟਿਆਲਾ ਨਾਨਕੇ ਆਏ, ਉਹ ਆਪਣੇ ਨਾਨਕੇ ਕੋਲ ਚਲਾ ਗਿਆ। ਦੋ ਨਾਲ ਲੈ ਕੇ ਉਹ ਉੱਥੇ ਮੁਸਲਮਾਨ ਹੋਏ। ਪੂਰੀਆਂ ਹੋਰ ਕੌਮਾਂ ਜਿਤਨੀਆਂ ਨਾਲ ਆਏ ਸਭ ਮੁਸਲਮਾਨ ਹੋ ਗਈਆਂ। ਬਾਬਾ ਸਾਹਿਬ ਨੇ ਉਹਨਾਂ ਹਾਕਮ ਮੁਲਤਾਨ ਕੋਲ ਭੇਜਿਆ। ਹਾਕਮ ਮੁਲਤਾਨ ਉਹਨਾਂ ਦੀ ਬੜੀ ਆਓ ਭਗਤ ਕੀਤੀ। ਸਹੀ ਹੈ। ਅਤੇ ਉਹਨਾਂ ਦਰਿਆ ਸਿੰਧ ਦੇ ਮਸ਼ਰਕੀ ਕਿਨਾਰੇ 'ਤੇ ਜਹਾਂਗੀਰਾ ਇੱਕ ਮੌਜ਼ਾ, ਉੱਥੇ ਜਹਾਂਗੀਰੇ 'ਚ ਆਖਿਆ, ਉੱਥੇ ਜਾ ਕੇ ਤੁਸੀਂ ਉਹ ਸਾਰਾ ਇਲਾਕਾ ਖਾਲੀ ਪਿਆ, ਆਪਣਾ ਉੱਥੇ ਤੁਸੀਂ ਸੈਟਲ ਹੋ ਗਏ। ਜਹਾਂਗੀਰ ਜਾ ਕੇ ਉਹ ਸੈਟਲ ਹੋਏ ਅਤੇ ਉੱਥੋਂ ਨਿਕਲ ਕੇ ਅਤੇ ਉਹ ਆ ਗਏ ਦਰੀਆ ਖਾਨ। ਦਰੀਆ ਖਾਨ ਤੋਂ ਬਾਬਾ ਰਾਏ ਮਹਿਲੂ ਸਾਹਿਬ ਦੀ ਉਮਰ ਕਾਫੀ ਹੋ ਗਈ ਆਈ, ਉਹ ਪਾਕ ਪੱਤਨ ਵਹਿੰਦੇ ਹਨ ਘੋੜਿਆਂ 'ਤੇ ਸਫ਼ਰ ਕਰਕੇ। ਅੱਛਾ ਅੱਛਾ ਅੱਛਾ। ਅਤੇ ਬਾਬਾ ਸਾਹਿਬ ਆਖਿਆ, ਬਈ ਤੂੰ ਹੁਣ ਜ਼ਾਇਫ ਹੋ ਗਿਆ, ਇਤਨਾ ਸਫ਼ਰ ਨਹੀਂ ਕਰ ਸਕਦਾ। ਸਹੀ ਹੈ। ਉੱਥੇ ਇੱਕ ਬਜ਼ੁਰਗ ਹੈ ਮੇਰਾ, ਅਤੇ ਹਜ਼ਰਤ ਸੁਲਤਾਨ ਹਾਜੀ ਬਜ਼ੀਜ਼ ਉਹਨਾਂ ਦਾ ਨਾਂ ਹੈ। ਅੱਛਾ। ਦਰੀਆ ਖਾਨ ਹੈ, ਤੂੰ ਉਹਨਾਂ ਕੋਲ ਗਿਆ ਕਰ। ਠੀਕ ਹੈ। ਆਖਿਰ ਉਹ ਤਾਂ ਉਹਨਾਂ ਕੋਲ ਆਏ ਅਤੇ ਉਹਨਾਂ ਦੇ ਹੀ ਹੋ ਕੇ ਰਹਿ ਗਏ। ਠੀਕ ਹੈ। ਬਾਬਾ ਸਾਹਿਬ ਜਿਸ ਵੇਲੇ ਵਫਾਤ ਪਾਈ, ਉਸ ਤੋਂ ਬਾਅਦ ਇਹ ਵੀ ਫੌਤ ਹੋ ਗਏ। ਇਹਨਾਂ ਦੀ ਇਸ ਵਕਤ ਕਬਰ ਵੀ ਉਹਨਾਂ ਦੀ ਕਬਰ ਦੇ ਨਾਲ ਦਰੀਆ ਖਾਨ ਵਿੱਚ। ਦਰੀਆ ਖਾਨ, ਠੀਕ ਹੈ। ਦਰੀਆ ਖਾਨ ਤੋਂ ਬਾਅਦ ਜਨਾਬ ਅਲੀ ਉਹਨਾਂ ਦੀ ਔਲਾਦ ਅੱਗੇ ਤੁਰੀ ਨਿਕਲੀ, ਉਹ ਉਖਲੀ ਮੋਹਲੇ ਆ ਗਏ। ਅੱਛਾ ਅੱਛਾ ਅੱਛਾ। ਉਖਲੀ ਮੋਹਲੇ ਆਣ ਕੇ ਉਹਨਾਂ ਡੇਰਾ ਲਾ ਦਿੱਤਾ। ਸਹੀ। ਉਹਨਾਂ 'ਚੋਂ ਇੱਕ ਇਹ
ਸ਼ੇਰ ਸ਼ਾਹ ਸੂਰੇ ਦੇ ਦੌਰ ਦੀ ਗੱਲ ਹੈ। ਠੀਕ ਠੀਕ ਠੀਕ। ਤੇ ਮਲਕ ਮੀਰ ਅਲੀ ਖਾਨ ਪਹਿਲੇ ਰਾਏ ਸਦੇਂਦੇ ਹਨ, ਰਾਏ ਮੀਰ ਅਲੀ ਖਾਨ ਉੱਥੇ ਆਣ ਕੇ ਡੇਰਾ ਲਾਇਆ। ਸਹੀ ਹੈ। ਸ਼ੇਰ ਸ਼ਾਹ ਸੂਰੀ ਖੁਸ਼ਾਬ ਤੋਂ ਗੁਜ਼ਰ ਕੇ ਤੇ ਉਸ ਵਕਤ ਮੀਂਹ ਵਾਲੀ ਕੋਈ ਨਾ ਆਈ, ਦਰਿਆ ਸਿੰਧ ਦੇ ਕਿਨਾਰੇ ਤੱਕ ਗਿਆ। ਸਹੀ ਹੈ। ਵਾਪਸੀ 'ਤੇ ਮਲਕ ਮੀਰ ਅਲੀ ਖਾਨ ਨੇ ਉਹਦੀ ਬੜੀ ਆਓ ਭਗਤ ਕੀਤੀ, ਖਰਚਾ ਘੋੜਿਆਂ ਦਾ ਸਾਰਾ ਬਰਦਾਸ਼ਤ ਕੀਤਾ ਅਤੇ ਉਹਨਾਂ ਨੇ ਮੈਦਾਨ ਦੇ ਉੱਤੇ ਨੇਜ਼ਾਬਾਜ਼ੀ ਵਿਖਾਈ। ਅੱਛਾ। ਜਿਹੜੀ ਕਿ ਇਸ ਬਰੇ ਸਗੀਰ ਵਿੱਚ ਸਭ ਤੋਂ ਪਹਿਲੇ ਨੇਜ਼ਾਬਾਜ਼ੀ ਮਲਕ ਮੀਰ ਅਲੀ ਖਾਨ ਨੇ ਵਿਖਾਈ। ਵਾਹ। ਅੱਛਾ ਅੱਛਾ। ਠੀਕ ਠੀਕ। ਮਲਕ ਮੀਰ ਅਲੀ ਖਾਨ ਦੇ ਅੱਗੋਂ ਦੋ ਬੇਟੇ ਆਏ ਨੇ, ਇੱਕ ਦਾ ਨਾਮ ਮੀਰ ਅਹਿਮਦ ਖਾਨ ਆਏ ਅਤੇ ਇੱਕ ਦਾ ਨਾਮ ਮੀਰ ਹਾਮਿਦ ਖਾਨ ਆਏ। ਸਹੀ। ਉਹਨਾਂ ਸਪਰੈਡ ਹੋਣਾ ਸ਼ੁਰੂ ਕਰ ਦਿੱਤਾ। ਠੀਕ ਹੈ। ਮਿੱਠੇ ਟਿਵਾਣੇ ਆ ਕੇ ਉਹਨਾਂ ਨੇ ਖੂਹ ਖੱਟਿਆ ਇੱਕ ਅਤੇ ਉਹ ਪਾਣੀ, ਕਿਉਂਕਿ ਇੱਦਾਂ ਆਦਿ ਕੌੜਾ ਸੀ, ਉਹ ਖੂਹ ਦਾ ਪਾਣੀ ਮਿੱਠਾ ਨਿਕਲਿਆ, ਜਿਸ ਤੋਂ ਨਾ ਪੱਕ ਗਿਆ ਮਿੱਠਾ ਟਿਵਾਣਾ। ਠੀਕ ਠੀਕ। ਅੱਜ ਵੀ ਉਹਨਾਂ ਦੀਆਂ ਕਬਰਾਂ ਉੱਥੇ ਮਿੱਠੇ ਟਿਵਾਣੇ 'ਚ ਮੌਜੂਦ ਹਨ, ਉਹਨਾਂ ਬਜ਼ੁਰਗਾਂ ਦੀਆਂ। ਠੀਕ। ਅਤੇ ਉਸ ਤੋਂ ਬਾਅਦ ਸਿੱਖਾਂ ਦੀ ਹਕੂਮਤ ਆ ਗਈ। ਸਹੀ। ਠੀਕ ਹੈ। ਸਿੱਖਾਂ ਨਾਲ ਇਹਨਾਂ ਦੀਆਂ ਕਾਫੀ ਜੰਗਾਂ ਹੋਈਆਂ, ਉਹਨਾਂ ਮਿੱਠੇ ਟਿਵਾਣਿਆਂ 'ਤੇ ਬੜੇ ਹਮਲੇ ਕੀਤੇ। ਸਹੀ। ਇਹ ਮਿੱਠੇ ਟਿਵਾਣੇ ਤੋਂ ਮਗਰਬ ਵਾਲੀ ਸਾਈਡ ਜੰਗਲ ਬਈ ਅਬਾਨ ਆਉਂਦਾ ਸੀ, ਜਿਸ ਵਕਤ ਉਹ ਹਮਲਾ ਕਰਦੇ ਤਾਂ ਇਹ ਜੰਗਲ ਹੀ ਨਿਕਲ ਪੈਂਦੇ ਹਨ ਜ਼ਿਗ ਜ਼ੈਗ ਕਰਨੀ, ਅਤੇ ਵਾਕਿਫ਼ ਮਕਾਮੀ ਲੋਕ ਹਨ ਅਤੇ ਸਿੱਖ ਰਾਹ ਭੁੱਲ ਪੈਂਦੇ ਹਨ ਅਤੇ ਤਸੇ ਮਰ ਪੈਂਦੇ ਹਨ, ਪਾਣੀ ਨਾ ਲੱਭਦਾ। ਸਹੀ। ਇੱਕ ਮੌਕਾ ਐਸਾ ਆਇਆ ਉੱਥੋਂ ਮਹਾਰਾਜਾ ਰਣਜੀਤ ਸਿੰਘ ਭੇਜੇ, ਇਹਨਾਂ ਉਹਨਾਂ ਦੇ ਸਿਰ 'ਤੇ ਦਾੜੀ ਮੁੰਨ ਕੇ ਅਤੇ ਵਾਪਸ ਭੇਜ ਦਿੱਤਾ, ਲਗਾਨ ਵਸੂਲ ਕਰਨ ਕਾਣ ਆਇਆ ਤਾਂ ਵਾਪਸ ਭੇਜ ਦਿੱਤਾ। ਉਹਨੇ ਫਿਰ ਹਮਲਾ ਸ਼ੁਰੂ ਕਰ ਦਿੱਤਾ, ਮਿੱਠੇ ਟਿਵਾਣੇ ਵਾਲੇ ਕਿਲ੍ਹਾ ਤਬਾਹ ਬਰਬਾਦ ਕਰ ਦਿੱਤਾ। ਸਹੀ ਹੈ। ਲੇਕਿਨ ਇਹ ਉੱਥੋਂ ਨਿਕਲ ਕੇ ਮਗਰਬ ਵਾਲੀ ਸਾਈਡ 'ਤੇ ਨਿਕਲ ਗਏ। ਅੱਛਾ। ਉਹ ਵਾਪਸ ਚਲੇ ਗਏ ਅਤੇ ਵੱਧ ਮਿੱਠੇ ਟਿਵਾਣੇ ਆ ਗਏ। ਠੀਕ ਹੈ। ਮਿੱਠਾ ਟਿਵਾਣਾ ਯਾਨੀ ਕਿ ਤੁਹਾਡਾ ਇੱਕ ਹੈੱਡਕੁਆਟਰ ਰਿਹਾ ਜੀ। ਹਾਂ। ਠੀਕ ਹੈ। ਮੀਰ ਅਲੀ ਖਾਨ ਜੀ। ਹਾਂ। ਅਤੇ ਹਮੇਸ਼ਾ ਜਿਹੜਾ ਵੱਡਾ ਲੜਕਾ ਆਉਂਦਾ ਸੀ ਉਹ ਹੀ ਸਰਦਾਰ ਆਉਂਦਾ ਸੀ ਕਬੀਲੇ ਦਾ। ਠੀਕ ਹੋ ਗਿਆ। ਮੇਰਾ ਦਾਦਾ ਵੀ ਵੱਡਾ ਸੀ, ਉਹ ਸਰਦਾਰ ਬਣਿਆ, ਉਹਨਾਂ ਦੇ ਬੇਟਾ ਮਲਕ ਦੋਸਤ ਮੁਹੰਮਦ ਸਰਦਾਰ ਬਣਿਆ, ਔਰ ਮੇਰੇ ਵਾਲਿਦ ਮਲਕ ਸ਼ੇਰ ਮੁਹੰਮਦ ਉਹ ਸਰਦਾਰ ਬਣੇ। ਠੀਕ ਹੋ ਗਿਆ। ਅਤੇ ਇਸੇ ਤਰ੍ਹਾਂ ਇਹ ਚੱਲਦਾ ਆਉਂਦਾ। ਹੁਣ ਇਸ ਵਕਤ ਸਾਡੇ 'ਚ ਉਹ ਮੇਰੇ ਵੱਡੇ ਭਾਈ ਨਜ਼ਰ ਮੁਹੰਮਦ ਦਾ ਬੇਟਾ ਹੈ ਮਨਸੂਰ ਜੀ ਜੀ, ਉਸਦਾ ਅੱਗੋਂ ਬੇਟਾ ਹੈ ਜਾਫਰ ਨਾਮ ਹੈ। ਅੱਛਾ। ਉਹ ਇਸ ਵਕਤ ਤੁਹਾਡੇ? ਉਹ ਇਸ ਵਕਤ ਸਾਡਾ ਸਰਦਾਰ ਹੈ। ਸਰਦਾਰ ਹੈ। ਅੱਛਾ ਅੱਛਾ। ਜਾਫਰ ਸਾਹਿਬ ਕਿੱਥੇ ਅੱਜ? ਉਹ ਸਰਗੋਦੇ, ਸ਼ਹਿਰ ਸਰਗੋਦੇ ਦੇ ਵਿੱਚ। ਅੱਛਾ। ਅਤੇ ਬੇਗੋਵਾਲ ਕੋਲ ਉਹਦੀ ਜ਼ਮੀਨ ਹੈ। ਠੀਕ। ਅਤੇ ਉਹ ਸਰਗੋਦੇ ਸ਼ਹਿਰ ਵਿੱਚ ਰਿਹਾਇਸ਼ ਹੈ। ਯਾਨੀ ਹੁਣ ਟਿਵਾਣਾ ਫੈਮਿਲੀ ਦੀ ਪੱਗ ਜਿਹੜੀ ਹੈ? ਹਾਂ, ਉਸਦੇ ਸਿਰ 'ਤੇ, ਜਾਫਰ ਦੇ ਸਿਰ 'ਤੇ। ਠੀਕ ਹੋ ਗਿਆ। ਸਹੀ ਹੋ ਗਿਆ। ਤੁਸੀਂ ਆਪਣੇ ਬਾਰੇ ਦੱਸੋ, ਇਹ ਗੌਸਪੁਰ ਜਿਹੜਾ ਹੈ, ਇੱਥੇ ਤੁਸੀਂ ਕਿਤਨੇ ਅਰਸੇ ਤੋਂ ਹੋ ਇਸ ਜਗ੍ਹਾ? ਮੈਂ ਇਹ ਗੌਸਪੁਰ ਮੇਰੇ ਦਾਦੇ ਨੇ ਅਲੱਗਾ ਆਬਾਦ ਕੀਤਾ। ਠੀਕ ਹੋ ਗਿਆ। ਮਲਿਕ ਦੋਸਤ ਮੁਹੰਮਦ ਨੇ, ਅਤੇ ਮੈਂ ਇੱਥੇ 1970 ਵਿੱਚ ਆਇਆ। ਠੀਕ ਹੋ ਗਿਆ। ਸਹੀ। 1970 ਤੋਂ ਬਾਅਦ ਅੱਜ ਤੱਕ ਮੈਂ ਇੱਥੇ ਹੀ ਹਾਂ, ਪਿਛਲੇ 50 ਸਾਲ ਤੋਂ। ਵੈਸੇ ਤੁਹਾਡੇ ਸਾਲ ਪੈਦਾਇਸ਼ ਤੁਹਾਡਾ? 1942। 1942। ਠੀਕ। ਇਹਦਾ ਮਤਲਬ ਵੱਧ ਵੱਧ ਪ੍ਰੀ ਪਾਰਟੀਸ਼ਨ ਹੀ ਗੱਲਾਂ? ਬਿਲਕੁਲ, ਪਾਰਟੀਸ਼ਨ ਮੈਨੂੰ ਯਾਦ ਹੈ ਜਨਾਬ। ਅੱਛਾ ਅੱਛਾ ਅੱਛਾ। ਆਇਸ ਤਾਂ ਮੈਂ ਬੱਚਾ ਜੀ, ਲੇਕਿਨ ਮੈਨੂੰ ਬੜਾ ਯਾਦ ਹੈ ਪਾਰਟੀਸ਼ਨ। ਕਿਤਨਾ ਯਾਦ ਹੈ ਮਲਕ ਸਾਹਿਬ? ਇਤਨਾ ਯਾਦ ਹੈ ਜੀ ਬਈ, ਸਾਡੇ ਸ਼ਹਿਰ ਇੱਕ ਹਿੰਦੂਆਂ ਦੀ ਦੁਕਾਨ ਆਈ ਇਸੇ ਨਾ 58 ਚੌਂਕ। ਅੱਛਾ। ਮਲਕ ਸਾਹਿਬ ਦੀ ਜਿਹੜੀ ਜਾਇ ਪੈਦਾਇਸ਼ ਹੈ ਉਹ 58 ਦੀ? ਮਲਕ ਸਾਹਿਬ ਥੋੜ੍ਹਾ ਜਿਹਾ 58 ਦੇ ਬਾਰੇ ਦੱਸੋ।
ਆਪਣੀ ਜਾਇ ਪਦਾਇਸ਼ ਔਰ ਹਾਂ 58 ਚੱਕ ਕੇ ਜਨਾਬ ਦਰੇਮੇ ਕੋਲੋਂ ਸੜਕ ਨਿਕਲਦੀ ਤੇ ਉੱਥੇ ਪਹੁੰਚਦੀ ਠੀਕ ਹੋ ਗਿਆ ਤੇ 58 ਚੱਕ ਵਿੱਚ ਮੇਰੀ ਪੈਦਾਇਸ਼ ਹੋਈ ਸਹੀ ਹੈ ਤੇ ਇਬਤਦਾਈ ਤਾਲੀਮ ਕਾਨਵੈਂਟ ਸਕੂਲ ਸਰਗੋਦਾ ਕਾਨਵੈਂਟ ਸਕੂਲ ਸਰਗੋਦਾ ਅੱਛਾ ਅੱਛਾ ਕੋਈ ਆਪਣੇ ਉਸਤਾਦ ਯਾਦ ਹੈ ਤੁਹਾਡੇ ਕਾਨਵੈਂਟ ਦੇ ਯਾਦ ਨਹੀਂ ਕਿਉਂਕਿ ਬਹੁਤ ਅਰਲੀ ਏਜ ਆਈ ਅੱਛਾ ਕਾਨਵੈਂਟ ਤੋਂ ਬਾਅਦ ਕਾਨਵੈਂਟ ਤੁਸੀਂ ਕਿਤਨਾ ਪੰਜਵੀਂ ਜਮਾਤ ਤੱਕ ਪੜ੍ਹੇ ਜੀ ਹਾਂ ਪੰਜਵੀਂ ਜਮਾਤ ਤੱਕ ਪੜ੍ਹੇ ਅਤੇ ਉਸ ਤੋਂ ਬਾਅਦ ਬਸ ਲਾਹੌਰ ਐਚਸਨ ਕਾਲਜ ਐਚਸਨ ਚਲੇ ਕਿਉਂਕਿ ਮੇਰੇ ਵਾਲਦ ਸਾਹਿਬ ਵੀ ਐਚਸੋਨੀਆ ਨਾਲ ਠੀਕ ਹੋ ਗਿਆ ਮੇਰੇ ਦਾਦਾ ਵੀ ਐਚਸੋਨੀਆ ਨਾਲ ਠੀਕ ਹੋ ਗਿਆ ਐਚਸਨ ਜਿਹੜਾ ਹੈ ਉਹ ਉਹਦਾ ਅਸੀਂ ਜ਼ਿਕਰ ਥੋੜ੍ਹਾ ਬਾਅਦ ਹੀ ਕਰਦੇ ਹਾਂ ਪਹਿਲਾਂ ਤੁਸੀਂ ਆਪਣਾ ਪ੍ਰੀ ਪਾਰਟੀਸ਼ਨ ਜਿਹੜੀ ਕੋਈ ਯਾਦ ਹੈ ਉਹ ਜਨਾਬ ਹਿੰਦੂ ਆ ਇੱਕ ਤੇ 58 ਜੀ ਹਾਂ ਸਾਡੇ ਨਾਲ ਗ੍ਰਾਮ ਪਰਵਾਈ ਕੋਟ ਖੁਦਾ ਬਖਸ਼ ਦਾ ਅੱਛਾ ਅਤੇ ਇੱਕ ਲੋਕੜੀ ਸਦਨ ਦੀ ਹੈ ਨਵਾਬ ਅਲਾ ਬਖਸ਼ ਦੀ ਜੀ ਜੀ ਉੱਥੋਂ ਬੰਦੇ ਇਕੱਠੇ ਹੋ ਕੇ ਨਾ ਅਤੇ ਉਹ ਨਿਕਲੇ ਦੀਗੇ ਦੇ ਲਏ ਅਤੇ ਹਲਾ ਹੋ ਗਏ ਜੀ ਸਿੱਖ ਆ ਗਏ ਮੈਨੂੰ ਯਾਦ ਹੈ ਸਾਡੇ ਸਾਰੇ ਬਜ਼ੁਰਗ ਅਤੇ ਭਾਈ ਬੰਦੂਕਾਂ ਲੈ ਕੇ ਅਤੇ ਕੋਠੇ ਦੀ ਛੱਤਾਂ ਅਤੇ ਮੋਰਚਿਆਂ ਦੇ ਵਿੱਚ ਸ਼ਾਮਿਲ ਹੋ ਖਲੋ ਰਹੇ ਅਤੇ ਉਸ ਤੋਂ ਬਾਅਦ ਜਨਾਬ ਅਲੀ ਉਹ ਆਏ ਅਸਲ ਵਿੱਚ ਉਸ ਹਿੰਦੂ ਨੂੰ ਮੁਸਲਮਾਨ ਕਰਨ ਕਾਰਨ ਉਹ ਸਾਡੇ ਘਰਾਂ ਜਾਣ ਕੇ ਅਤੇ ਉਹਨੂੰ ਪੇਟੀਆਂ ਦੇ ਵਿੱਚ ਲੁੱਕੇ ਵਿਚਾਰੇ ਅਤੇ ਖੈਰ ਉਹ ਵਾਪਸ ਚਲੇ ਗਏ ਸੁਬਾ ਵਾਲਦ ਸਾਹਿਬ ਨੇ ਉਹਨਾਂ ਹਿੰਦੂਆਂ ਨੂੰ ਆਪਣੇ ਨਾਲ ਬਹਾ ਕੇ ਅਤੇ ਸਰਗੋਹ ਦੇ ਕੈਂਪ ਵਿੱਚ ਬਣ ਕੇ ਅਤੇ ਬਾਹਿਫਾਜ਼ਤ ਉੱਥੇ ਪਹੁੰਚਾ ਦਿੱਤਾ ਰਾਮ ਲਾਲ ਨਾਂ ਆਈ ਉਸ ਮਰਦ ਦਾ ਤੇ ਰਾਜ ਰਾਣੀ ਉਸ ਦੀ ਬੀਵੀ ਆਈ ਮੈਨੂੰ ਨਾਂ ਯਾਦ ਹੈ ਅੱਜ ਤੱਕ ਰਾਮ ਲਾਲ ਤੇ ਰਾਜ ਰਾਣੀ ਮੀਆਂ ਬੀਵੀ ਅੱਛਾ 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 ਉਹਨਾਂ ਦੇ ਬੱਚਿਆਂ ਨਾਲ ਖੇਡਦੇ ਅਸੀਂ ਠੀਕ ਹੈ ਕੋਈ ਉਹਨਾਂ ਬੱਚਿਆਂ ਦਾ ਕਿਸੇ ਦਾ ਨਾਂ ਯਾਦ ਉਹ ਨਾਂ ਯਾਦ ਨਹੀਂ ਠੀਕ ਹੈ ਸਹੀ ਅੱਛਾ ਇਤਨਾ ਯਾਦ ਹੈ 58 ਦਾ ਜੀ ਹਾਂ ਤੁਸੀਂ ਜ਼ਿਕਰ ਕੀਤਾ ਇੱਕ ਦਫਾ ਇੱਥੋਂ ਦੀ ਕੋਈ ਬਈ ਚਾਰਣੇ ਦਾ ਕੋਈ ਹੈ ਕੋਈ ਆਉਂਦਾ ਇੱਥੇ ਜੀ ਚਾਰਣੇ ਦਾ ਇੱਕ ਹਿੰਦੂ ਮੁਸਲਮਾਨ ਹੋਇਆ ਏ ਪਹਿਲੇ ਉਸਦਾ ਨਾਂ ਪਤਾ ਨਹੀਂ ਕੀ ਆਈ ਅਤੇ ਬਾਅਦ ਵਿੱਚ ਤਾਂ ਗੁਲਾਮ ਹੁਸੈਨ ਨਾਂ ਉਸਦਾ ਅੱਛਾ ਉਹ ਇੱਥੇ ਅੰਬ ਅਤੇ ਪਿੰਡ ਲੈ ਕੇ ਆਉਂਦਾ ਹੁੰਦਾ ਏ ਠੀਕ ਵਾਲਦ ਸਾਹਿਬ ਆਖਿਆ ਛੋੜ ਤੂੰ ਸਾਈਂ ਮੇਰੇ ਕੋਲ ਰਹੋ ਉਹ ਵਕਤ 58 ਵੀ ਨਾਲ ਰਿਹਾ ਇੱਥੇ ਵੀ ਰਿਹਾ ਚਾਨਣੇ ਦਾ ਵਕਤ ਇਹਦੀ 58 ਚੱਕ ਚ ਇਹਨਾਂ ਨੇ ਸ਼ਾਦੀ ਕੀਤੀ ਵਾਲਦ ਸਾਹਿਬ ਨੇ ਉਸਦੇ ਇੱਕ ਬੇਟੀ ਅਤੇ ਇੱਕ ਬੇਟਾ ਪੈਦਾ ਹੋਏ ਉਹ ਆਖਰ ਦਮ ਤਾਈਂ ਸਾਡੇ ਕੋਲ ਰਿਹਾ ਵਾਹ ਤੇ ਉੱਥੇ ਹੀ ਫੌਤ ਹੋਇਆ ਤੇ ਤੁਸੀਂ ਯਕੀਨਨ ਵੇਖਿਓ ਜੀ ਬਿਲਕੁਲ ਤੁਸੀਂ ਚਾਚਾ ਜੀ ਸਦੇ ਦੇ ਬੜੀ ਜੀ ਹਾਂ ਅੱਛਾ ਤੇ ਹੋਰ ਕੋਈ ਪ੍ਰੀ ਪਾਰਟੀਸ਼ਨ ਦੀ ਜਾਂ ਇਸ ਗੌਸਪੁਰ ਦੀ ਅੱਜ ਤੋਂ 40-50 ਸਾਲ ਪਹਿਲੇ ਕੇ ਸੂਰਤ ਹਾਲ ਆਈ ਨਾਲ ਛੀਨਾ ਹੈ ਬੜਾ ਸੁਣਿਆ ਵੀ ਇੱਥੇ ਕੋਈ ਬੜਾ ਆਬਾਦ ਆਈ ਬੜੀ ਰੌਣਕ ਆਈ ਕੋਈ ਇਸ ਛੀਨਾ ਸ਼ਹਿਰ ਦੇ ਵਿੱਚ ਲੋਕ ਦੱਸਦੇ ਨੇ ਭਾਈ ਪਾਰਟੀਸ਼ਨ ਤੋਂ ਪਹਿਲੇ 120 ਘਰ ਹਿੰਦੂਆਂ ਦਾ ਆਏ ਅੱਛਾ ਬਾਜ਼ਾਰ ਆਈ ਬਾਕਾਇਦਾ ਦੁਕਾਨਾਂ ਆਏ ਅਤੇ ਬਾਹਰ ਲੋਕਾਂ ਵਪਾਰੀਆਂ ਨੇ ਘਿਓ ਨਾ ਲੱਭਿਆ ਤਾਂ ਆਦਿਆਂ ਛੀਨਣ ਲੱਗੇ ਹੋਏ ਠੀਕ ਹਿੰਦੂਆਂ ਦੇ ਉੱਥੇ ਕੁੱਪੇ ਭਰੇ ਖੱਲੇ ਆਉਂਦੇ ਹਨ ਘਿਓ ਦੇ ਇਤਨਾ ਬਿਜ਼ਨਸ ਆਈ ਅਤੇ ਸ਼ਾਦੀ ਹੋਵੇ ਆ ਨਾ ਵਾਤੋ ਅਤੇ 120 ਘਰ ਜਿਹੜਾ ਹਿੰਦੂਆਂ ਦਾ ਆਈ ਇਹ ਵਕਤ ਮੁਸਲਮਾਨ ਵੀ ਜਿਹੜੇ ਹਨ ਉਹਨਾਂ ਨੂੰ ਕੱਚਾ ਰਾਸ਼ਨ ਦਿੰਦੇ ਆ ਮੁਸਲਮਾਨਾਂ ਨੂੰ ਰਾਸ਼ਨ ਦਿੰਦੇ ਜੀ ਹਾਂ ਬਈ ਉਹਨਾਂ ਵੀ ਤਾਂ ਸਾਡਾ ਜੀ ਹਾਂ ਪਕਾਇਆ ਖਾਵਣਾ ਕੋਈ ਨਹੀਂ ਕੱਚਾ ਰਾਸ਼ਨ ਦਿੰਦੇ ਜੀ ਹਾਂ ਅੱਛਾ ਯਾਨੀ ਆਖਰ ਦਾ ਮਤਲਬ ਇਹ ਹੈ ਬਈ ਬੜੀ ਇੱਕ ਹਾਰਮਨੀ ਪਾਈ ਜਾਂਦੀ ਆਈ ਮੁਸਲਮਾਨ ਔਰ ਹਿੰਦੂ ਦਰਮਿਆਨ ਕੋਈ ਐਸਾ ਕਸ਼ਮਕਸ਼ ਨਾ ਆਈ ਬਿਲਕੁਲ ਭਾਈਆਂ ਆ ਰਹੇ ਇਤਫਾਕ ਆਈ ਗੁਜ਼ਾਰਾ ਆਈ ਇੱਥੇ ਗੌਸਪੁਰ ਵੀ ਇੱਕ ਹਿੰਦੂਆਂ ਦਾ ਘਰ ਆਈ ਜਾਂਦਾ ਅੱਛਾ ਜੀ ਹਾਂ ਉਹਨਾਂ ਵੀ ਦੁਕਾਨ ਬਣਾਈ ਹੈ ਉਹਦਾ ਮੈਂ ਨਾਂ ਯਾਦ ਨਹੀਂ ਹੋ ਤੁਸੀਂ ਇੱਕ ਹੋਰ ਹੀ ਜ਼ਿਕਰ ਕੀਤਾ ਇੱਕ ਮਾਈ ਆਈ ਕੋਈ ਹਿੰਦੂ ਅਤੇ ਉਹ ਬੜਾ ਪਿਆਰ ਰੱਖਦੀ ਆਈ ਤੁਹਾਡੇ ਨਾਲ
ਤੁਸੀਂ ਬੱਚੇ ਆਏ ਤਾਂ ਤੁਹਾਨੂੰ ਲੈ ਪੈਣਾ ਖਿਡਾਉਣਾ ਉੱਥੇ 58 ਚੱਕ ਜਾਣਾ ਅੱਛਾ 58 ਰਾਜ ਰਾਣੀ ਰਾਜ ਰਾਣੀ ਅੱਛਾ 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 ਅੱਛਾ